लो जी असी कर लगे छोटे बच्चे दी फैंसी ड्रेस तैयार, ते जिहदी लंबाई असी कम यह 3 तो 4 साल दे बच्चे दी ली है, ते असी इहदी लंबाई लवांगे 8 इंच, ते चढ़ाई है जी 8 इंच, चढ़ाई भी 8 इंच है ते लंबाई भी 8 इंच है। असी करीबन इहनू 18 इंच तैयार कर लवांगे। लो जी असी इहदी कटिंग करती, हाँ जी असं शोल्डर ये 4 इंच रखा तो आर्म होल लवेंगे 3 इंच, नमक मिला के चेस्ट रखा ब्रेस्ट रखा 8 इंच, कमर रखा 7.5 इंच। ਅਸੀਂ ਇੱਥੇ 1.5 ਇੰਚ ਦੀ ਨੂੰ ਡਾਊਨ ਕਰ ਦੇਵਾਂਗੇ, ਅਤੇ ਉਹ ਦੂਸਰੇ ਦੀ ਕਟਿੰਗ ਕਰ ਦਿੰਦੇ। हाँ जी बॉडी पार्ट तो नीचे वाला पार्ट नूं असीं करीबन 10 इंच रख लवांगे, चढ़ाई भी 10 इंच रख लवेंगे, ते लंबाई असीं इहदी 34 इंच रखनी है, लंबी 34 इंच रखनी है। लो जी इन्हां नूं इक्वल करके हुण कटिंग कर लवेंगे। ਲਾਈਨਿੰਗ ਵੀ ਕੱਟ ਕਰ ਲਈ ਸੀ, ਜਿਵੇਂ ਇਹਨਾਂ ਦੀ ਕਟਿੰਗ ਕਰੀ ਸੀ ਉਵੇਂ ਅਸੀਂ ਲਾਈਨਿੰਗ ਵੀ ਕੱਟ ਕਰ ਲਈ, ਲਾਈਨਿੰਗ ਦਾ ਅਤੇ ਇਹਨਾਂ ਨੂੰ ਲੁੱਕੀਆਂ ਨੂੰ ਤਿਆਰ ਕਰ ਲਿਆ ਜੀ ਇਹਨਾਂ ਨੂੰ ਕੱਢ ਕੇ, ਅਤੇ ਆਪਾਂ ਲਾਈਨਿੰਗ ਦੇ ਨਾਲ ਹੀ ਲੁੱਕੀਆਂ ਨੂੰ ਲਾਵਾਂਗੇ। ਅਸੀਂ ਫਰਿੱਲ ਵੀ ਤਿਆਰ ਕਰਨੀ ਹੈ, ਇਹ ਫਰਿੱਲ ਦੇ ਉੱਤੇ ਲਾਉਣੀ ਹੈ ਜੀ, ਇਹ ਡਿਜ਼ਾਈਨ ਪਾਵਾਂਗੇ। ਹਾਂਜੀ ਫਰਿੱਲ ਲੱਗ ਗਈ, ਕਿਉਂਕਿ ਅਸੀਂ ਉਹ ਲੁੱਕੀ ਨੂੰ ਲਾਇਆ ਸੀ ਅਤੇ ਉਵੇਂ ਇਸ ਲੁੱਕੀ ਨੂੰ ਲਾਉਣਾ ਸੀਗਾ। ਫਰਿੱਲ ਲਾ ਦਿੱਤੀ ਜੀ, ये तो असी टॉप स्टिच ला देंगे। हाँ
ਹੁਣ ਅਸੀਂ ਸੈਕਿੰਡ ਪਾਰਟ ਨੂੰ ਦੇਖਣ ਲੱਗੇ ਹਾਂ। ਹਾਂਜੀ, ਲਾਈਨਿੰਗ ਨੀਚੇ ਅਤੇ ਇਹਨਾਂ ਨੂੰ ਵਿੱਚ ਲੁਕੇ ਨੂੰ ਵਿੱਚੋਂ ਵਿੱਚ ਰੱਖ ਕੇ ਲਾਈਨਿੰਗ ਅਤੇ ਕਮੀਜ਼ ਦੇ ਉਹਦੇ ਫਿਰ ਇਹਨਾਂ ਨੂੰ ਲਗਾਵਾਂਗੇ। ਕੱਪੜੇ 'ਤੇ ਲਾਈਨਿੰਗ ਦੇ ਵਿੱਚ ਰੱਖ ਕੇ ਅਤੇ ਮੋਢਿਆਂ ਨੂੰ ਵੀ ਆਰਮੋਲ ਦੀ ਵੀ ਸਿਲਾਈ ਕਰ ਦੇਵਾਂਗੇ। ਹਾਂਜੀ, ਜਿਹੜੇ ਅਸੀਂ ਨੀਚੇ ਵਾਲੀ ਫਰਿੱਲ ਤਿਆਰ ਕੀਤੀ ਸੀਗੀ ਉਹਨੂੰ ਲਾਉਣ ਲੱਗੇ ਹਾਂ। ਲੋ ਜੀ, ਅਸੀਂ ਰੇਡੀ ਕਰ ਲਈ ਆ ਅਤੇ ਅਸੀਂ ਦੂਜੀ ਨੂੰ ਵੀ ਐਂ ਰੇਡੀ ਕਰ ਲਵਾਂਗੇ। ਅਤੇ ਲੋ ਜੀ, ਹੁਣ ਅਸੀਂ ਫਿਟਿੰਗ ਦੀ ਸਿਲਾਈ ਲਾਉਣ ਲੱਗੇ ਹਾਂ। ਹਾਂਜੀ, ਅਸੀਂ ਪੱਕਾ ਕਰਕੇ ਉਤਾਰ ਦੇਵਾਂਗੇ। ਜੇ ਸਾਨੂੰ ਸਿੱਧਾ ਕਰਨ ਲੱਗੇ ਅਤੇ ਇਹਦੀ ਫਾਈਨਲ ਲੁੱਕ ਦੇਖੋ। ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ, ਕਮੈਂਟ ਅਤੇ ਲਾਈਕ ਜ਼ਰੂਰ ਕਰੋ। ਥੈਂਕ ਯੂ।